ਸ਼੍ਰੋਮਣੀ ਅਕਾਲੀ ਦਲ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਕਮਲ ਕਿਸ਼ੋਰ ਸ਼ਰਮਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਛੱਡ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਇਸ ਮੌਕੇ ਕਮਲ ਕਿਸ਼ੋਰ ਸ਼ਰਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਆਗੂਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਪਾਰਟੀ ਵਿੱਚ ਇੰਨਾ ਮਾਣ ਬਖਸ਼ਿਆ ਤੇ ਇਸ ਤਰ੍ਹਾਂ ਉਹਨਾਂ ਦੀ ਕਾਂਗਰਸ ਵਿੱਚ ਘਰ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਾਰਟੀ 'ਚ ਪਰਿਵਾਰਵਾਦ ਭਾਰੂ ਹੈ ਅਤੇ ਪਾਰਟੀ ਦੇ ਉੱਤੇ ਪਿਓ ਪੁੱਤ ਨੇ ਕਬਜ਼ਾ ਕਰਕੇ ਰੱਖਿਆ ਹੋਇਆ ਹੈ ਕਿ ਜਿਸ ਨਾਲ ਲੋਕ ਤੰਗ ਨੇ। ਦੱਸ ਦਈਏ ਕਿ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਕਈ ਆਗੂ ਨਾਰਾਜ਼ ਨਜ਼ਰ ਆਏ ਨੇ ਜਿਸ ਤੋਂ ਕਾਂਗਰਸ ਦੀ ਫੁੱਟ ਵੀ ਸਾਹਮਣੇ ਆਈ ਹੈ। ਮੈਂ ਜੀ ਅੱਜ 2 ਦਿਨ ਪਹਿਲਾਂ ਸਰਦਾਰ ਲਾਲ ਸਿੰਘ ਦੀ ਹਾਜ਼ਰੀ ਬਲਵੀਰ ਸਿੰਘ ਸਿੱਧੀ ਦੀ ਪ੍ਰੇਰਣਾ ਸਦਕਾ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਮੈਂ ਆਪਣੀ ਮਾਂ ਪਾਰਟੀ ਕਾਂਗਰਸ ਵਿੱਚ ਸ਼ਾਮਲ ਹੋਇਆ ਜੋ ਕਿ ਮੈਨੂੰ ਕਿਸੇ ਕਾਰਨ ਕਰਕੇ ਪਿੱਛੇ ਛੱਡਣੀ ਪੈ ਗਈ ਸੀ। ਅੱਜ ਮੈਂ ਮੇਰਾ ਲੋਕਾਂ ਵੱਲੋਂ ਇਹਦਾ ਸਵਾਗਤ ਕੀਤਾ ਗਿਆ ਅਤੇ ਮੈਨੂੰ ਉਹਨਾਂ ਨੇ ਮਾਣ ਕੀਤਾ ਹੈ ਵੀ ਤੁਸੀਂ ਜਦੋਂ ਕਾਂਗਰਸ ਆਏ ਮੇਰਾ ਵੈਲਕਮ ਕੀਤਾ ਗਿਆ। ਅਕਾਲੀ ਦਲ ਛੱਡਣ ਤੋਂ ਹੀ ਕਾਂਗਰਸ ਤੋਂ ਲੋਕ ਤੰਗ ਸੀਗੇ, ਸਮਾਜ ਸਾਰਾ ਤੰਗ ਹੈ, ਮਤਲਬ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਤੋਂ ਬੜੇ ਤੰਗ ਨੇ। ਇੱਕ ਪਰਿਵਾਰ ਦਾ ਰਾਜ ਹੈ, ਇਸ ਕਰਕੇ ਅਕਾਲੀ ਦਲ ਮੈਂ ਵੀ ਛੱਡਿਆ, ਜਿਵੇਂ ਲੋਕ ਅੱਜ ਵੀ ਸਮੇਂ ਚੱਲ ਰਿਹਾ ਹੈ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਛੱਡਿਆ। ਦੇਖੋ ਜੀ ਮੈਂ ਪਰਸੋਂ ਸ਼ਾਮਲ ਹੋ ਗਿਆ ਜੀ, ਉਹ ਇਹ ਮੇਰਾ ਕਹਿੰਦਾ ਵੀ ਕਾਂਗਰਸ ਪਾਰਟੀ ਦੇ ਤਾਂ ਨਹੀਂ, ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਵੀ ਮੈਂ ਪਰਸੋਂ ਸਰਦਾਰ ਲਾਲ ਸਿੰਘ ਜੀ ਰਹਿਣਮਾਈ ਹੇਠ ਮਨੀਸ਼ ਤਿਵਾੜੀ ਜੀ ਦੀ ਹਾਜ਼ਰੀ 'ਚ ਮੋਹਾਲੀ ਰੈਲੀ ਦੇ ਵਿੱਚ ਬਲਵੀਰ ਸਿੰਘ ਸਿੱਧੂ ਦੀ ਪ੍ਰੇਰਣਾ ਦਾ ਸਦਕਾ ਮੈਂ ਸ਼ਾਮਲ ਹੋ ਚੁੱਕਿਆ। ਖਰੜ ਤੋਂ ਡੇਵਿਡ ਵਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।